ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅੱਜ ਆਪਾਂ ਫਿਰ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਆ ਜਿਹੜੇ ਲੈ ਕੇ ਆਏ ਹੈਗੇ ਹਾਂ। ਸੋ ਅਗਰ ਤੁਸੀਂ ਔਡਰ ਕਰਨੇ ਆ, ਸੇਮ ਵੀ ਕਰ ਸਕਦੇ ਹੋ, ਤਾਂ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਵੀ ਤੁਸੀਂ ਔਡਰ ਕਰ ਸਕਦੇ ਹੋ। ਸੋ ਇਹ ਜਿਹੜੇ ਸਾਰੇ ਸੂਟ ਆ ਜੀ, ਇਹ ਆਪਾਂ ਔਡਰ 'ਤੇ ਵੀ ਬਣਾਉਣੇ ਆ, ਤਾਂ ਕੁਛ ਜਿਹੜੇ ਰੈਡੀ ਪਏ ਹੁੰਦੇ ਹੈਗੇ ਆਪਣੇ ਕੋਲ, ਸੋ ਉਹਨਾਂ ਦੀਆਂ ਵੀ ਆਪਾਂ ਵੀਡੀਓ ਜਿਵੇਂ ਅਪਲੋਡ ਕਰਦੇ ਹਾਂ, ਜਿਵੇਂ ਜਿਵੇਂ ਵੀ ਆਪਣੇ ਕੋਲ ਰੈਡੀ ਆ। ਜਿਵੇਂ ਇਹ ਕਰੇਪ ਦਾ ਮਿੰਟ ਗ੍ਰੀਨ ਸ਼ੇਡ ਹੈਗਾ, ਸੋ ਇਹਦੇ ਵਿੱਚ ਤੁਸੀਂ ਕੋਈ ਵੀ ਸ਼ੇਡ ਬਣਾ ਸਕਦੇ ਹੋ ਡਾਰਕ। ਅਤੇ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਕਾਫੀ ਜਿਹੜੇ ਕਲਰਸ ਹੈਗੇ ਆ ਸ਼ੇਅਰ ਕੀਤੇ ਹੋਏ ਆ। ਸੋ ਇਹ ਹੈਗਾ ਜੀ ਆਰੀ ਵਰਕ ਦਾ ਡਿਜ਼ਾਇਨ ਹੈ, ਲਾਈਟ ਗੋਲਡਨ ਸ਼ੇਡ ਨਾਲ ਕੀਤਾ ਹੋਇਆ। ਸੋ ਇਹ ਬਹੁਤ ਹੀ ਪਿਆਰਾ ਸੋਬਰ ਜਿਹਾ ਡਿਜ਼ਾਇਨ ਹੈਗਾ। ਇਹਦੇ ਨਾਲ ਜਿਵੇਂ ਦੁਪੱਟਾ ਆਪਾਂ ਔਰਗੈਂਜ਼ਾ ਕੀਤਾ ਹੋਇਆ, ਤੁਸੀਂ ਆਪਣੇ ਕਲਰ ਚੋਇਸ ਦੇ ਅਕੋਰਡਿੰਗ ਵੀ ਜਿਹੜਾ ਦੁਪੱਟਾ ਕਰ ਸਕਦੇ ਹੋ। ਇਹ ਦੇਖੋ ਇਸ ਤਰ੍ਹਾਂ ਕੱਟ ਵਰਕ ਕੀਤਾ ਹੋਇਆ, ਇਸ ਤਰ੍ਹਾਂ ਵਿੱਚ ਜਿਹੜਾ ਵਰਕ ਕੀਤਾ ਹੋਇਆ। ਸੋ ਸਾਰੇ ਫੋਰ ਸਾਈਡ ਆ ਜਿਹੜਾ ਇਹ ਕੱਟ ਵਰਕ ਹੈ, ਔਰ ਜਿਹੜਾ ਪੈਨਲ ਹੈਗਾ ਵਿੱਚ ਬਣਦਾ ਹੈਗਾ, ਸੋ ਉਹ ਵੀ ਬਹੁਤ ਹੀ ਪਿਆਰਾ ਜਿਹਾ ਪੈਨਲ ਬਣਦਾ ਇਸ ਤਰ੍ਹਾਂ। ਸੋ ਇਹ ਤੁਸੀਂ ਇਹ ਜਿਹੜਾ ਸੂਟ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ। ਅਸੀਂ ਥੋੜ੍ਹਾ ਜਿਹਾ ਡਿਫਰੈਂਟ ਸ਼ੇਡ 'ਤੇ ਟਰਾਈ ਕੀਤਾ, ਸੋ ਇਹਦੇ 'ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈਗਾ ਇਹ। ਸੋ ਤੁਸੀਂ ਇਹਨੂੰ ਸਕਰੇਪ 'ਤੇ ਵੀ, ਜੋਰਜਟ 'ਤੇ ਵੀ ਬਣਾ ਸਕਦੇ ਹੋ, ਵਿਦ ਸਟਿਚਿੰਗ ਵਿਦਆਊਟ ਸਟਿਚਿੰਗ, ਤੁਸੀਂ ਕਿਸੇ ਵੀ ਤਰ੍ਹਾਂ ਇਸ ਨੂੰ ਲੈ ਸਕਦੇ ਹੋ। ਸੋ ਇਹ ਹੈਗਾ ਜੀ ਪੈਰਟ ਪਿਸਤਾ ਸ਼ੇਡ ਹੈਗਾ ਇਹ। ਇਹ ਟਿਸ਼ੂ ਦੇ ਵਿੱਚ ਆ ਜਿਹੜਾ ਇਹ ਸ਼ਰਟ ਹੈਗਾ, ਔਰ ਇਹਦੀ ਜਿਹੜੀ ਬੋਟਮ ਹੈਗੀ ਹੈ ਕਰੇਪ ਦੀ ਹੈ, ਤੁਸੀਂ ਨਾਲ ਟਿਸ਼ੂ ਦੀ ਵੀ ਕਰ ਸਕਦੇ ਹੋ। ਸੋ ਆਪਾਂ ਜਿਵੇਂ ਵੀ ਕਿਸੇ ਦੀ ਰਿਕੁਆਇਰਮੈਂਟ ਹੁੰਦੀ ਹੈ ਉਸ ਤਰ੍ਹਾਂ ਜਿਹੜਾ ਸੂਟ ਰੈਡੀ ਕਰਦੇ ਹੈਗੇ ਹਾਂ। ਸੋ ਇਹਦੇ ਉੱਪਰ ਜਿਹੜਾ ਹੈਂਡਵਰਕ ਹੋਇਆ ਹੋਇਆ, ਇਹ ਦੇਖੋ ਇਹ ਬਹੁਤ ਹੀ ਪਿਆਰਾ ਜਿਵੇਂ ਹੈਂਡਵਰਕ ਹੋਇਆ ਹੋਇਆ ਮੀਨ ਸਿੱਪੀ ਮੋਤੀ ਹੈ। ਸੋ ਸਾਈਡਸ 'ਤੇ ਵੀ ਇਹਦੇ ਜਿਹੜੇ ਪੈਨਲ ਬਣੇ ਹੋਏ ਆ, ਉੱਪਰ ਗਲੇ 'ਤੇ ਵੀ ਬਹੁਤ ਹੀ ਸੋਹਣੀ ਐਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ। ਸੋ ਇਹਦੇ ਨਾਲ ਜਿਵੇਂ ਇਹ ਬੋਟਮ ਹੈਗੀ ਜਿਹੜੀ ਅਸੀਂ ਕਰੇਪ ਦੀ ਕੀਤੀ ਹੈ, ਤੁਸੀਂ ਨਾਲ ਦੀ ਟਿਸ਼ੂ ਦੀ ਵੀ ਕਰ ਸਕਦੇ ਹੋ। ਸੋ ਇਹਦੇ ਵਿੱਚ ਆ ਜਿਹੜਾ ਅਸੀਂ ਦੁਪੱਟੇ 'ਚ ਵਿੱਚ ਇਸ ਤਰ੍ਹਾਂ ਲਾਈਨਸ ਦਿੱਤੀਆਂ ਹੋਈਆਂ ਜੀ, ਦੁਪੱਟੇ ਦੇ ਵਿੱਚ ਗੋਟੇ ਦੀਆਂ ਲਾਈਨਸ ਹੈ, ਸ਼ਾਈਨ ਵਾਲੇ ਗੋਟੇ ਦੀਆਂ। ਸੋ ਇਹਦੇ ਨੀਚੇ ਜਿਵੇਂ ਆਪਾਂ ਪੀਚ ਪੱਟੀ ਦੇ ਕੇ ਉੱਪਰ ਆ ਜਿਹੜੀ ਲੇਸ ਕੀਤੀ ਹੋਈ ਹੈ, ਔਰਗੈਂਜ਼ਾ ਦੁਪੱਟਾ। ਸੋ ਇਹ ਬਹੁਤ ਹੀ ਪਿਆਰੀ ਜਿਹੜੀ ਫਿਨਿਸ਼ਿੰਗ ਦਿੰਦਾ ਹੈਗਾ, ਇਸ ਤਰ੍ਹਾਂ ਗੋਟੇ ਦੀਆਂ ਲਾਈਨਸ ਦਿੱਤੀਆਂ ਹੋਈਆਂ। ਸੋ ਇਹ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਦਾ, ਤੁਸੀਂ ਇਹ ਵੀ ਐਜ਼ ਇਟ ਇਜ਼ ਬਣਾ ਸਕਦੇ ਹੋ, ਕਿਉਂਕਿ ਟਿਸ਼ੂ ਦਾ ਜਿਹੜਾ ਸਟੱਫ ਹੈਗਾ ਜੀ, ਇਹ ਬਹੁਤ ਹੀ ਵਧੀਆ ਜਿਹੜੇ ਇਹਦੇ ਵਿੱਚ ਸ਼ੇਡ ਆਉਂਦਾ, ਕਿਉਂਕਿ ਜਦੋਂ ਡਬਲ ਸ਼ੇਡ ਹੋ ਜਾਂਦਾ ਵੀ ਸ਼ਾਈਨ ਵੀ ਹੈ। ਇਸ ਤਰ੍ਹਾਂ ਇਹਦੇ ਬਾਜੂ ਬਣੇ ਹੋਏ ਆ, ਸੋ ਇਹ ਬਹੁਤ ਹੀ ਯੂਨੀਕ ਜਿਹਾ ਪੈਟਰਨ, ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ। ਔਰ ਨੈਕਸਟ ਸੂਟ ਹੈਗਾ ਜੀ ਯੈਲੋ ਔਰਗੈਂਜ਼ਾ ਸਟੱਫ ਹੈਗਾ ਇਹ। ਸਾਰਿਆਂ ਦੇ ਜਿਹੜੇ ਸਟੱਫ ਹੈਗੇ ਡਿਫਰੈਂਟ ਡਿਫਰੈਂਟ ਸੀ, ਸੋ ਇਹ ਹੈਗਾ ਜੀ ਔਰਗੈਂਜ਼ਾ ਸਿਲਕ 'ਤੇ ਬਣਿਆ ਹੋਇਆ ਇਸ ਤਰ੍ਹਾਂ। ਇਹ ਇੰਨਾ ਜਿਹੜਾ ਟ੍ਰਾਂਸਪੇਰੈਂਟ ਹੈ, ਇਹਦੇ ਨੀਚੇ ਤੁਸੀਂ ਲਾਈਨਿੰਗ ਕੋਈ ਵੀ ਲਗਾ ਸਕਦੇ ਹੋ। ਇਸ ਤਰ੍ਹਾਂ ਇਹ ਕੱਟ ਵਰਕ ਹੋਊਗਾ ਜੀ, ਇੱਥੇ ਉੱਪਰ ਇਹ ਵਰਕ ਹੈ, ਇਹ ਕੱਟ ਵਰਕ ਕਰਾਂਗੇ। ਅਗਰ ਤੁਸੀਂ ਕੱਟ ਵਰਕ ਨਹੀਂ ਵੀ ਕਰਾਉਣਾ ਤਾਂ ਇਸ ਤਰ੍ਹਾਂ ਇਹ ਫੋਲਡ ਹੋਊਗਾ। ਸੋ ਸਾਰਾ ਇਹ ਲਾਈਟ ਯੈਲੋ ਕੱਚਾ ਪੀਲਾ ਜਿਵੇਂ ਰੰਗ ਤੁਸੀਂ ਕਹਿ ਦਿੰਦੇ ਹੋ, ਸੋ ਉਹਦੇ 'ਤੇ ਬਣਿਆ ਹੋਇਆ। ਸੋ ਇਹ ਬਹੁਤ ਹੀ ਗ੍ਰੇਸਫੁੱਲ ਬਣਿਆ ਹੋਇਆ ਇਸ ਤਰ੍ਹਾਂ।
ਉੱਪਰ ਤਾਕੇ ਦੀ ਜਿਹੜੀ ਡਿਜ਼ਾਈਨਿੰਗ ਹੈ ਗੋਟਾ ਵਿਦ ਮਸ਼ੀਨ ਐਮਬਰਾਇਡਰੀ। ਸੋ ਇਹ ਬਹੁਤ ਹੀ ਪਿਆਰਾ ਬਣਿਆ ਹੋਇਆ। ਇਹਦੇ ਜਿਹੜੇ ਬਾਜੂ ਹੈਗੇ ਆ ਇਹ ਉੱਪਰ ਤੱਕ ਤੁਸੀਂ ਕੋਈ ਵੀ ਜਿਹੜੀ ਲੈਂਥ ਆ ਰੈਡੀ ਕਰ ਸਕਦੇ ਹੋ। ਸੋ ਇਹ ਆਪਣੇ ਕੋਲ ਰੈਡੀ ਹੈਗਾ ਜੀ ਸੂਟ। ਅਗਰ ਕਿਸੇ ਨੇ ਵੀ ਲੈਣਾ ਤਾਂ ਉਹਨੂੰ ਐਜ਼ ਇਟ ਇਜ਼ ਲੈ ਸਕਦੇ ਹੋ। ਇਸ ਤਰ੍ਹਾਂ ਬਾਜੂ 'ਤੇ ਜਿਹੜਾ ਵਰਕ ਕੀਤਾ ਹੋਇਆ ਫਲਾਰ ਦਿੱਤਾ ਹੋਇਆ। ਸੋ ਇਹਦੇ ਨਾਲ ਤੁਸੀਂ ਦੁਪੱਟਾ ਕੰਟਰਾਸਟ ਵੀ ਕਰ ਸਕਦੇ ਹੋ। ਅਗਰ ਤੁਸੀਂ ਸਾਡੇ ਤੋਂ ਵੀ ਰੈਡੀ ਕਰਵਾਉਣਾ ਔਰਗੈਂਜ਼ਾ ਸਟੋਰ ਜਿਹੜਾ ਸਟੱਫ ਹੈ ਲੈ ਕੇ ਤੁਸੀਂ ਇਹਦੇ ਨਾਲ ਜਿਹੜਾ ਡਾਰਕ ਦੁਪੱਟਾ ਕਰ ਸਕਦੇ ਹੋ। ਅਗਰ ਤੁਸੀਂ ਨਾਲ ਦਾ ਕਰਨਾ ਤਾਂ ਉਹਦੇ ਨਾਲ ਆਪਾਂ ਕੰਟਰਾਸਟ ਲੇਸਿਸ ਜਿਹੜੀਆਂ ਸ਼ੋਅ ਕਰ ਦਾਂਗੇ। ਸੋ ਇਹ ਬਹੁਤ ਹੀ ਡਿਫਰੈਂਟ ਆ ਜਿਹੜਾ ਸੂਟ ਬਣਿਆ ਹੋਇਆ ਆਰੀ ਵਿਦ ਮਸ਼ੀਨ ਵਿਦ ਗੋਟਾ ਐਮਬਰਾਇਡਰੀ ਕੀਤੀ ਹੋਈ ਹੈ। ਸੋ ਇਹ ਬਹੁਤ ਹੀ ਡਿਫਰੈਂਟ ਕੰਸੈਪਟ ਹੈ। ਇਹਨੂੰ ਤੁਸੀਂ ਐਜ਼ ਇਟ ਇਜ਼ ਬਾਈ ਕਰ ਸਕਦੇ ਹੋ 24-25 ਘੇਰੇ ਦੇ ਫੁੱਲ ਲੈਂਥ ਦੇ ਵਿੱਚ ਆਪਾਂ ਬਣਾਉਣੇ ਆ ਕਿਉਂਕਿ ਇਹਦਾ ਪ੍ਰੋਪਰ ਗਲਾ ਨਹੀਂ ਬਣਿਆ ਹੋਇਆ। ਤੁਸੀਂ ਕਿਸੇ ਵੀ ਲੈਂਥ ਦੇ ਅਕੋਰਡਿੰਗ ਆ ਜਿਹੜੇ ਇਹਨੂੰ ਵੀਅਰ ਕਰ ਸਕਦੇ ਹੋ। ਸੋ ਇਹ ਆਪਣੇ ਕੋਲ ਰੈਡੀ ਹੈ। ਬਾਕੀ ਜੋ ਤੁਹਾਨੂੰ ਪਹਿਲਾਂ ਦਿਖਾਇਆ ਤੁਸੀਂ ਉਹ ਆਰਡਰ 'ਤੇ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਕਲਰ ਚੋਇਸ ਦੇ ਅਕੋਰਡਿੰਗ ਆਪਣੀ ਚੋਇਸ ਦੇ ਅਕੋਰਡਿੰਗ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਵੀਡੀਓਜ਼ ਆ ਜਿਹੜੀਆਂ ਲੈ ਕੇ ਆਉਂਦੇ ਰਹਾਂਗੇ। ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਸੋ ਮਚ।